दर्शकों मेरे वालों प्यार भरी सत श्री अकाल स्वागत इस बहुत ही खास मुद्दे दे प्रोग्राम दे विच अज साडी टीम पहुंची है वाशिंगटन डीसी मेरे पिछे वाइट हाउस है ते वाइट हाउस दे अग्गे तुसी वेख सकदे हो प्राइम मिनिस्टर नरेंद्र मोदी दे निग्गे स्वागत लई पहुंचे है किसानां दे हक लई लड़न लई इत्थे रहण वाले जथेबंदियां वेस्ट कोस्ट तो ईस्ट कोस्ट तो सारे नॉर्थ ईस्ट तो इस वाशिंगटन डीसी कैपिटल सिटी दे विच पहुंचे मोदी जी नूं इह संदेश देण लई कि हले भी जो किसानां दा मुद्दा है ਉਹ ਬਹੁਤ ਹੀ ਜਾਰੀ ਹੈ ਬਹੁਤ ਹੀ ਜਜ਼ਬੇ ਨਾਲ ਚੱਲ ਰਿਹਾ ਹੈ ਅਤੇ ਇਹ ਜੋ ਅੱਜ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ ਪ੍ਰੋਟੈਸਟ ਇਹ ਰੈਲੀ ਜੋ ਔਰਗਨਾਈਜ਼ ਕੀਤੀ ਗਈ ਹੈ ਮਹਿਤਾਬ ਕਾਲੋ ਜੀ ਐਨ ਆਰ ਆਈ ਫੋਰ ਫਾਰਮਰਸ ਸੰਸਥਾ ਵੱਲੋਂ ਸਭ ਤੋਂ ਪਹਿਲੇ ਕਾਲੋ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮਹਿਤਾਬ ਸਿੰਘ ਕਾਲੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਲੋ ਜੀ ਤੁਸੀਂ ਇਸ ਤਰ੍ਹਾਂ ਦੀ ਰੈਲੀਜ਼ ਵਾਈਟ ਹਾਊਸ ਦੇ ਅੱਗੇ ਇੱਥੇ ਦੇ ਆਪਣੇ ਲੋਕਲ ਜਥੇਬੰਦੀਆਂ ਦੇ ਨਾਲ ਔਰਗਨਾਈਜ਼ ਲਗਾਤਾਰ ਕਰਦੇ ਆ ਰਹੇ ਹੋ ਬਟ ਅੱਜ ਦੀ ਇਹ ਜੋ ਰੈਲੀ ਹੈਗੀ ਇਹਦੀ ਇੱਕ ਬਹੁਤ ਹੀ ਸਪੈਸ਼ਲ ਇੱਕ ਅਹਿਮੀਅਤ ਹੈਗੀ ਮੋਦੀ ਜੀ ਅੰਦਰ ਬੈਠੇ ਹੈ ਸਾਡੇ ਪਿੱਛੇ ਵਾਈਟ ਹਾਊਸ ਹੈ ਬਾਈਡਨ ਸਾਹਿਬ ਨਾਲ ਉਹ ਮਿਲ ਰਹੇ ਕੀ ਮੈਸੇਜ ਐਨ ਆਰ ਆਈਜ਼ ਫੋਰ ਫਾਰਮਰਸ ਅੱਜ ਉਹਨਾਂ ਨੂੰ ਪਹੁੰਚਾਉਣਾ ਚਾਹੁੰਦੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅੰਦਰ ਬੈਠੇ ਹੋ ਅੰਦਰੋਂ ਬਾਹਰ ਨਿਕਲੋ ਬਾਹਰ ਨਿਕਲ ਕੇ ਲੋਕਾਂ ਦੀ ਆਵਾਜ਼ ਸੁਣੋ ਭਾਵੇਂ ਉਹ ਲੋਕਾਂ ਦੀ ਆਵਾਜ਼ ਐਨ ਆਰ ਆਈ ਫੋਰ ਫਾਰਮਰਸ ਦੇ ਥਰੂ ਹੋਵੇ ਭਾਵੇਂ ਜਿਹੜੇ ਕਿਸਾਨ ਮਜ਼ਦੂਰ ਜਿਹੜੇ ਦਿੱਲੀ ਦੀਆਂ ਬਰੂਆਂ 'ਤੇ ਬੈਠੇ ਨੇ ਪਿਛਲੇ 10 ਮਹੀਨਿਆਂ ਤੋਂ ਉਹਨਾਂ ਦੀ ਆਵਾਜ਼ ਹੋਵੇ ਜਾਂ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੀਆਂ ਵੱਖ ਵੱਖਰੀਆਂ ਜਥੇਬੰਦੀਆਂ ਪੂਰੇ ਭਾਰਤ ਵਿੱਚ ਕਿਸਾਨਾਂ ਦੇ ਹੱਕ ਵਿੱਚ ਅਤੇ 3 ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਵਿੱਚ ਸਰਕਾਰ ਕੋਲ ਡਿਮਾਂਡ ਕਰ ਰਹੇ ਨੇ ਐੱਮ ਐੱਸ ਪੀ ਦੀ ਗਰੰਟੀ ਦੀ ਗੱਲ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰੋ ਅੰਦਰੋਂ ਬਾਹਰ ਨਿਕਲੋ ਵੋਟਾਂ ਬਾਹਰ ਨੇ ਪਬਲਿਕ ਬਾਹਰ ਆ ਮਨੁੱਖੀ ਅਧਿਕਾਰਾਂ ਦਾ ਘਾਣ ਬਾਹਰ ਕਰ ਰਹੀ ਹੈ ਤੁਹਾਡੀ ਸਰਕਾਰ ਤੁਹਾਡੀ ਪੁਲਿਸ ਸੋ ਪਲੀਜ਼ ਆਉਣ ਕੇ ਆਵਾਮ ਦੀ ਆਵਾਜ਼ ਸੁਣੋ ਕਾਲੋ ਜੀ ਇੱਥੇ ਜੋ ਨਾਰੇਬਾਜ਼ੀ ਹੋ ਰਹੀ ਹੈ ਜੋ ਇਹ ਮੈਸੇਜਸ ਇਹ ਬੋਰਡਸ ਲੱਗੇ ਹੋਏ ਹੈ ਇਹਦੇ ਨਾਲ ਇੱਕ ਕਿਸਮ ਦੀ ਅਵੇਅਰਨੈਸ ਤੁਸੀਂ ਰੇਜ਼ ਕਰ ਰਹੇ ਹੋ ਉਹਨਾਂ ਨੂੰ ਉਹ ਜਾਣਕਾਰੀ ਪਹੁੰਚਾ ਰਹੇ ਹੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਿਸਾਨਾਂ ਦਾ ਕੀ ਮੁੱਦਾ ਜੋ ਇੱਥੇ ਅਮੈਰੀਕਨਸ ਹੈਗੇ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਟੂਰਿਸਟ ਤੁਰਦੇ ਫਿਰਦੇ ਵੇਖ ਰਹੇ ਹਨ ਸਾਇੰਸ ਨੂੰ ਸੁਣ ਰਹੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਗੱਲਾਂ ਹੋਣੀ ਜਦੋਂ ਲੋਕ ਤੁਹਾਨੂੰ ਪੁੱਛਦੇ ਹੈ ਕਿ ਕਿਉਂ ਅਸੀਂ ਇੱਥੇ ਇਕੱਠੇ ਹੋਏ ਹਾਂ ਕੀ ਉਹਨਾਂ ਨੂੰ ਤੁਸੀਂ ਦੱਸ ਪਾ ਰਹੇ ਹੋ ਜਿਹੜੀ ਤੁਸੀਂ ਅੱਜ ਜਗ੍ਹਾ ਦੇਖ ਰਹੇ ਹੋ ਇਹਦੇ ਤੋਂ 100 ਗਜ਼ ਰਾਈਟ ਸਾਈਡ ਦੇ ਉੱਤੇ ਬਲੈਕ ਲਾਈਵਸ ਮੈਟਰ ਪਲਾਜ਼ਾ ਜਿੱਥੇ ਐਨ ਆਰ ਆਈ ਫੋਰ ਫਾਰਮਰਸ ਵੱਲੋਂ ਫੋਰ 3 ਮੰਥਸ ਅਸੀਂ ਉੱਥੇ ਜਿਹੜਾ ਡੇਲੀ ਮੰਡੇ ਟੂ ਫਰਾਈਡੇ ਪ੍ਰੋਟੈਸਟ ਕਰਦੇ ਰਹੇ ਹਾਂ ਇਹ ਜਿਹੜੀ ਗੱਲ ਅੱਜ ਨਹੀਂ ਸ਼ੁਰੂ ਹੋਈ ਸਿਰਫ ਅੱਜ ਦਾ ਸਾਡਾ ਪ੍ਰੋਟੈਸਟ ਨਹੀਂ ਹੈ ਇਹ ਜਿਹੜੀ ਸਾਡਾ ਪ੍ਰੋਟੈਸਟ ਹੈ ਸਾਡਾ 17 ਅਕਤੂਬਰ 2020 ਤੋਂ ਨਾਮ ਹੈ ਅਕਾਲੀ ਨਾਮ ਹੈ ਕਾਂਗਰਸੀ ਨਾਮ ਹੈ ਆਪ ਮੈਂ ਹਾਂ ਕਿਸਾਨ ਉੱਥੇ ਸਾਰੀਆਂ ਜਥੇਬੰਦੀਆਂ ਧਾਰਮਿਕ ਰਾਜਨੀਤਿਕ ਸਮਾਜਿਕ ਸੱਭਿਆਚਾਰਕ ਮੁੱਦਿਆਂ ਵਾਲੇ ਜਾਂ ਜਿੰਨੇ ਵੀ ਆਰਗਨਾਈਜੇਸ਼ਨ ਨੇ ਬੀ ਜੇ ਪੀ ਨੂੰ ਛੱਡ ਕੇ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਅਕਾਲੀ ਦਲ ਮਾਨ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀਗੇ ਈਵਨ ਜਿਹੜਾ ਅਕਾਲੀ ਦਲ ਡੈਮੋਕਰੇਟ ਹੈ ਉਹਨਾਂ ਦੇ ਜਿਹੜੇ ਪ੍ਰਧਾਨ ਸੀਗੇ ਬੈਠਕ ਉਹ ਵੀ ਪਹੁੰਚੇ ਹੋਏ ਸੀ ਸੋ ਕੁੱਲ ਮਿਲਾ ਕੇ ਇਹ ਸਾਰੀ ਖਲਕ ਦੀ ਆਵਾਜ਼ ਹੈ ਕਿਸੇ ਜਥੇਬੰਦੀ ਕਿਸੇ ਇੱਕ ਧਰਮ ਕਿਸੇ ਜਾਂ ਵਰਗ ਦੀ ਗੱਲ ਨਹੀਂ ਹੈ ਸੋ ਉਹ ਜਿਹੜਾ ਪ੍ਰੋਟੈਸਟ ਤੋਂ ਉੱਥੋਂ ਹੀ ਐੱਨ ਆਰ ਆਈ ਫਾਰ ਫਾਰਮਰਸ ਦਾ ਕੰਸੈਪਟ ਨਿਕਲਿਆ ਔਰ ਐੱਨ ਆਰ ਆਈ ਫਾਰ ਫਾਰਮਰਸ ਪਲੈਟਫਾਰਮ ਦੇ ਉੱਤੇ ਤੁਸੀਂ ਲਾਈਵ ਜਿਹੜੀ ਫੀਡਬੈਕ ਜਿਹੜੀ ਦਿੱਲੀ ਤੋਂ ਫਾਰਮਰਸ ਦੀ ਆ ਰਹੀ ਆ ਉਹਨੂੰ ਵੇਖ ਸਕਦੇ ਹੋ ਅਸੀਂ ਕੋਈ ਵੀ ਆਪਣਾ ਕੰਟੈਂਟ ਨਹੀਂ ਪਾਉਂਦੇ ਜੋ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਉਹਨੂੰ ਫੋਲੋ ਕਰਦੇ ਹਾਂ ਔਰ ਇੱਕ ਹੀ ਡਿਮਾਂਡ ਹੈ ਇੱਕ ਹੀ ਓਪਨ ਮੈਮੋਰੈਂਡਮ ਹੈ ਸਾਨੂੰ 3 ਵਾਰੀ ਇੰਡੀਅਨ ਐਮਬੈਸੀ ਤੋਂ ਸੁਣਾ ਆਇਆ ਕਿ ਤੁਸੀਂ ਸਾਡੇ ਨਾਲ ਬੈਠ ਕੇ ਗੱਲ ਕਰੋ ਹਾਂ ਹੁਣ ਵੀ ਸਾਨੂੰ ਬੜੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਹਾ ਜੀ ਤੁਹਾਨੂੰ ਮੋਦੀ ਜੀ ਨਾਲ ਮਿਲਾਉਂਦੇ ਹਾਂ ਤੁਸੀਂ ਉਹਨਾਂ ਨੂੰ ਆਪਣਾ ਮੈਮੋਰੈਂਡਮ ਦਿਓ ਉਹ ਭਲਿਓ ਲੋਕੋ ਸਾਡਾ ਕੋਈ ਮੈਮੋਰੈਂਡਮ ਨਹੀਂ ਸਾਡਾ ਇਹੀ ਮੈਮੋਰੈਂਡਮ ਹੈ ਕਿ ਉੱਥੇ ਬੈਠੇ ਜਿਹੜੇ ਕਿਸਾਨ ਮਜ਼ਦੂਰ ਨੇ ਜਿੱਥੇ 750 ਤੋਂ ਉੱਪਰ ਜਿਹੜੀ ਆਮ ਪਬਲਿਕ ਦੇ ਮੈਂਬਰ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀ ਆਵਾਜ਼ ਸੁਣੋ ਸੰਯੁਕਤ ਕਿਸਾਨ ਮੋਰਚੇ ਦੀ ਡਿਮਾਂਡ ਹੀ ਸਾਡੀ ਡਿਮਾਂਡ ਹੈ ਉਹਨਾਂ ਦਾ ਮੈਮੋਰੈਂਡਮ ਹੀ ਸਾਡਾ ਮੈਮੋਰੈਂਡਮ ਹੈ ਉਹਨਾਂ ਨਾਲ ਗੱਲ ਕਰੋ ਜਿਸ ਤਰ੍ਹਾਂ ਰਕੇਸ਼ ਕੈਦ ਜੀ ਨੇ ਔਰ ਰਾਜੇਵਾਲ ਸਾਹਿਬ ਨੇ ਕੱਲ੍ਹ ਵੀਡੀਓ ਕਰਕੇ ਕਿਹਾ ਕਿ ਆਪਾਂ ਜਿਹੜਾ ਕਿਸਾਨੀ ਝੰਡੇ ਲੈ ਕੇ ਕਿਸਾਨੀ ਫਲੈਗ ਲੈ ਕੇ ਕਿਸਾਨੀ ਜਿਹੜੇ ਨਾਰੇ ਲੈ ਕੇ ਆਪਾਂ ਪ੍ਰੋਟੈਸਟ ਕਰਨਾ ਹੈ ਸੋ ਅੱਜ ਤੁਸੀਂ ਦੇਖ ਲਓ ਸਿਰਫ ਕਿਸੇ ਜਥੇਬੰਦੀ ਦਾ ਕੋਈ ਤਰ੍ਹਾਂ ਦਾ ਕੋਈ ਅਸੀਂ ਪ੍ਰੋਟੈਸਟ ਕੋਈ ਇਹਦਾ ਕੋਈ ਝੰਡਾ ਨਹੀਂ ਕੋਈ ਡੰਡਾ ਨਹੀਂ ਸਿਰਫ ਅਤੇ ਸਿਰਫ ਜੋ ਸੰਯੁਕਤ ਕਿਸਾਨ ਮੋਰਚੇ ਦਾ ਕਿਸਾਨਾਂ ਵਾਸਤੇ ਸੰਦੇਸ਼ ਸੀ ਉਹਨੂੰ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਔਰ ਨਾਲ ਦੇ ਨਾਲ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਵੀ
ਭਾਰਤੀ ਹੋਵੇ ਜਾਂ NRI ਹੋਵੇ ਜਿਹੜਾ ਵੀ ਇਸ ਸਰਕਾਰ ਨਾਲ ਇੱਥੇ ਮੁਲਾਕਾਤ ਕਰੇਗਾ ਇੱਥੇ ਕੰਮ ਕਰੇਗਾ ਇੱਥੇ ਵੋਟਾਂ ਚਾਹਾਂਗੇ ਦੀ ਕੋਸ਼ਿਸ਼ ਕਰੇਗਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਲਾਸ਼ਾਂ ਦੀ ਰਾਜਨੀਤੀ ਨਾ ਕਰੋ ਫਾਰਮਰ ਦੇ ਹੱਕਾਂ ਦੀ ਗੱਲ ਕਰੋ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ ਔਰ ਇਹ ਦੁਨੀਆ ਦੀ ਬਿਹਤਰੀਨ ਜਗ੍ਹਾ ਹੈ ਜਿੱਥੇ ਅਸੀਂ ਆ ਬੈਠੇ ਹਾਂ ਦੁਨੀਆ ਦਾ ਪਾਵਰ ਹਾਊਸ ਹੈ ਵਾਸ਼ਿੰਗਟਨ DC ਵਾਈਟ ਹਾਊਸ ਦੇ ਸਾਹਮਣੇ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ 3 ਮਹੀਨੇ ਆਉਂਦੇ ਰਹੇ ਹਾਂ ਹੁਣ ਵੀ ਆਉਂਦੇ ਹਾਂ ਅਸੀਂ ਆਲਮੋਸਟ 5 ਪ੍ਰੋਗਰਾਮ ਆਲਰੇਡੀ ਇੱਥੇ ਕਰ ਚੁੱਕੇ ਹਾਂ 2 ਵਾਰ ਪੂਰੇ 495 ਬੈਲਟਵੇ ਦਾ ਜਿਹੜਾ ਕਿਸਾਨ ਰੈਲੀ ਹੋਈ ਆ ਜਿੱਦਾਂ ਵੀ ਉਹ ਕਿਸਾਨ ਮੋਰਚਾ ਕਹਿੰਦਾ ਹੈ ਇੰਡੀਅਨ ਬੈਂਕ ਦੇ ਸਾਹਮਣੇ ਜਾਣਾ ਹੈ ਵਾਈਟ ਹਾਊਸ ਜਾਣਾ ਹੈ ਆਪਾਂ ਰੈਲੀ ਕਰਨੀ ਆਪਾਂ ਉਹਨੂੰ ਫੋਲੋ ਕਰਦੇ ਹਾਂ ਤੋ ਸਾਰਿਆਂ ਨੂੰ ਬੇਨਤੀ ਆ ਕਿ ਲਾਸ਼ਾਂ ਦੀ ਰਾਜਨੀਤੀ ਨਾ ਕਰਿਓ ਪਲੀਜ਼ ਵੋਟਾਂ ਕਟਾਉਣ ਦੇ ਚੱਕਰ ਨਾ ਪਿਓ ਰੱਬ ਦਾ ਵਾਸਤਾ ਜੇ ਬੜੇ ਮੌਕੇ ਆਉਣੇ ਆ ਇੱਥੇ ਦੀ ਪੋਲਿਟਿਕਸ ਹੈਗੀ ਉਹਦੇ 'ਚ ਜੁਆਇਨ ਕਰੋ ਵੀ ਡੋਂਟ ਕੇਅਰ ਤੁਸੀਂ ਡੈਮੋਕਰੈਟ ਪਾਰਟੀ ਨੂੰ ਬਿਲੋਂਗ ਕਰੋ ਤੁਸੀਂ ਰਿਪਬਲਿਕਨ ਨੂੰ ਬਿਲੋਂਗ ਕਰੋ ਤੁਸੀਂ ਇੰਡੀਪੈਂਡੈਂਟ ਕਰੋ ਪਰ ਉੱਥੇ ਜਿਹੜੇ ਸਾਡੇ ਭੈਣ ਭਰਾ ਮਾਵਾਂ ਬੱਚੇ ਬੈਠੇ ਆ ਉਹਨਾਂ 'ਤੇ ਰਹਿਮ ਕਰੋ ਉਹਨਾਂ ਦੇ ਉੱਤੇ ਰਾਜਨੀਤੀ ਨਾ ਕਰੋ ਥੈਂਕ ਯੂ ਸੋ ਮਚ ਮਹਿਤਾਬ ਕਾਲੋ ਜੀ ਇੱਥੇ ਜਿਸ ਤਰ੍ਹਾਂ ਕਾਲੋ ਸਾਹਿਬ ਨੇ ਦੱਸਿਆ ਜਿਸ ਤਰ੍ਹਾਂ ਦਿੱਲੀ ਦੀ ਬਾਰਡਰਾਂ 'ਤੇ ਸਰਹੱਦਾਂ 'ਤੇ ਬੈਠੇ ਹੋਏ ਏਕਤਾ ਦੇ ਨਾਲ ਕਿਸਾਨ ਮਜ਼ਦੂਰ ਹਰ ਇੱਕ ਪੀਐਨਕ ਜਾਤੇ ਹਰ ਇੱਕ ਧਰਮ ਦੇ ਲੋਕੀ ਬੈਠੇ ਹੋਏ ਹੈ ਇੱਥੇ ਵੀ ਪਾਰਟੀ ਨੂੰ ਛੱਡ ਕੇ ਧਰਮ ਨੂੰ ਛੱਡ ਕੇ ਹਰ ਇੱਕ ਚੀਜ਼ਾਂ ਨੂੰ ਛੱਡ ਕੇ ਇੱਥੇ ਏਕਤਾ ਦੇ ਨਾਲ ਇਕੱਠੇ ਹੋਏ ਇੱਕ ਵਾਰੀ ਫਿਰ NRIs ਫਾਰ ਫਾਰਮਰਸ ਤੁਹਾਨੂੰ ਹੋਰ ਸੀਨਸ ਦਿਖਾਵਾਂਗੇ ਇਸ ਪ੍ਰੋਟੈਸਟ ਤੋਂ ਤੇ ਕਿਸ ਤਰ੍ਹਾਂ ਇੱਥੇ ਸਵੇਰ ਤੋਂ ਲੱਗੀ ਹੋਈ ਇਹ ਸਾਰੀ ਜਥੇਬੰਦੀ ਕੀ ਵਾਸ਼ਿੰਗਟਨ DC ਦੇ ਵਿੱਚ ਮੈਸੇਜ ਪਹੁੰਚਾ ਰਹੀ ਹੈ ਨਰਿੰਦਰ ਮੋਦੀ ਨੂੰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਸ ਪੰਜਾਬੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਕਿ ਜਿਹੜੇ ਕਵਰੇਜ ਕਰ ਰਹੇ ਨੇ ਅਸੀਂ ਅੱਜ ਵਾਸ਼ਿੰਗਟਨ DC ਵਿੱਚ ਇਸੇ ਤੇ ਸਾਰੀਆਂ ਭੈਣਾਂ ਪਹੁੰਚੀਆਂ ਵਾਂ ਸਾਨੂੰ ਕੋਈ ਰਜਿਸਟਰ ਨਹੀਂ ਗਵਰਨਮੈਂਟ ਦੇ ਨਾਲ ਓਨਲੀ ਤਾਂ ਥਿੰਗ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਕਾਲੇ ਕਾਨੂੰਨ ਬਣੇ ਨੇ ਉਹਨਾਂ ਨੂੰ ਵਾਪਸ ਲੈਣ ਸਾਡੇ ਹੱਕ ਸਾਨੂੰ ਦੇਣ ਕਿਉਂਕਿ ਅਸੀਂ ਕਿਸੇ ਦੇ ਬਰਖਲਾਵ ਨਹੀਂ ਕਿਉਂਕਿ ਉੱਥੇ ਸਾਲ ਤੋਂ ਵੱਧ ਹੋ ਗਿਆ ਜਿਹੜੇ ਕਿ ਉੱਥੇ ਸਾਰੇ ਭੈਣ ਭਰਾ ਬੱਚੇ ਸਾਰੇ ਉੱਥੇ ਬੈਠੇ ਪਏ ਨੇ ਸਾਲ ਹੋ ਗਿਆ ਸਿਰਫ ਆਪਣੇ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਹੋਰ ਸਾਨੂੰ ਕੁਛ ਚਾਹੀਦਾ ਸਾਰੇ ਕਾਲੇ ਕਾਨੂੰਨ ਵਾਪਸ ਲੈਣ ਤਾਂ ਕਿ ਸਾਰੇ ਪਰਿਵਾਰ ਜਿਹੜੇ ਰਾਜੀ ਖੁਸ਼ੀ ਆਪਣੇ ਘਰਾਂ ਨੂੰ ਜਾਣ ਅਸੀਂ ਸਿਰਫ ਉਹਨਾਂ ਦੇ ਨਾਲ ਇਸ ਕਰਕੇ ਖੜੇ ਹਾਂ ਅਸੀਂ ਸਾਰੇ NRI ਭੈਣ ਭਰਾ ਅੱਜ ਵੀ ਕਹਿੰਦੇ ਹਾਂ ਕੱਲ੍ਹ ਵੀ ਕਹਿੰਦੇ ਫਿਰ ਵੀ ਕਹਿੰਦੇ ਅਸੀਂ ਕਿਉਂਕਿ ਅਸੀਂ ਉਸ ਧਰਤੀ ਤੋਂ ਆਏ ਹਾਂ ਉਹ ਸਾਡੀ ਮਿੱਟੀ ਆ ਅਸੀਂ ਉਹਨੂੰ ਨਹੀਂ ਭੁੱਲ ਸਕਦੇ ਸੋ ਇਸ ਕਰਕੇ ਸਾਰੇ ਭੈਣ ਭਰਾਵਾਂ ਅੱਗੇ ਮੋਦੀ ਅੱਗੇ ਤਕੀਦ ਆ ਵੀ ਆਪਣੇ ਕਾਲੇ ਕਾਨੂੰਨ ਵਾਪਸ ਲਵੇ ਤਾਂ ਕਿ ਅਸੀਂ ਸਾਰੇ ਰਾਜੀ ਖੁਸ਼ੀ ਕਰ ਜਾਣ ਕਿਸਾਨ ਏਕਤਾ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ ਇੱਥੇ ਜੋ ਲੇਡੀਜ਼ ਦੀ ਆਵਾਜ਼ ਉੱਠ ਰਹੀ ਹੈ ਦਿੱਲੀ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਵਾਈਟ ਹਾਊਸ ਤੱਕ ਇਹ ਆਵਾਜ਼ ਪਹੁੰਚ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਜਸ ਪੰਜਾਬੀ ਦਾ ਬੜਾ ਥੈਂਕ ਯੂ ਸਾਰੇ ਹੋਰ ਮੀਡੀਆ ਸਾਰੇ ਜਿਹੜੇ ਵੀਰ ਇੱਥੇ ਖੜੇ ਮੀਡੀਆ ਕਵਰੇਜ ਵਾਸਤੇ ਤੁਹਾਡਾ ਬਹੁਤ ਥੈਂਕ ਯੂ ਅਸੀਂ ਇਹ ਕਹਿਣਾ ਚਾਹਾਂਗੇ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਸਾਰੇ ਕਿਸਾਨਾਂ ਦੇ ਧੀਆਂ ਲੋਕ ਨੇ ਅਸੀਂ ਉਸ ਮਿੱਟੀ 'ਚੋਂ ਖੇਤਾਂ ਦੀ ਮਿੱਟੀ 'ਚੋਂ ਪਲ ਕੇ ਇੱਥੇ ਉੱਥੋਂ ਦੀਆਂ ਰੋਟੀਆਂ ਖਾ ਕੇ ਅਤੇ ਉਹ ਹੀ ਕਾਰਨ ਅਸੀਂ ਇੱਥੇ ਪਹੁੰਚੇ ਹਾਂ ਅਤੇ ਅਸੀਂ ਜਿਸ ਦਿਨ ਦਾ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਸ ਦਿਨ ਦੇ ਤਨ ਮਨ ਤਨ ਤੋਂ ਨਾਲ ਲੱਗੇ ਹਾਂ ਹਮੇਸ਼ਾ ਲੱਗੇ ਰਹਾਂਗੇ ਔਰ ਅਸੀਂ ਮੋਦੀ ਨੂੰ ਕਹਿੰਦੇ ਹਾਂ ਅਪੀਲ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਕਿ ਜੇ ਤਾਂ ਚੰਗਾ ਰਹਿ ਜਾਏਗਾ ਜੇ ਤਿੰਨੇ ਕਾਨੂੰਨ ਜਿਹੜੇ ਤੂੰ ਬਣਾਏ ਤੂੰ ਰੱਦ ਕਰ ਦੇ ਕਿਉਂਕਿ ਜਿਹੜੇ ਕਿਸਾਨ ਸੜਕਾਂ 'ਤੇ ਬੈਠੇ ਆ ਨਾ 1 ਸਾਲ ਤੋਂ ਅਤੇ ਮਰ ਰਹੇ ਆ ਜਿਹੜੇ ਸ਼ਹੀਦੀਆਂ ਪਾ ਰਹੇ ਆ ਮੀਂਹ ਹਨੇਰੀਆਂ ਝੱਖੜ ਗਰਮੀਆਂ ਚੱਲ ਰਹੇ ਆ
वो कभी हारन वाले नहीं और साड़ी जिहड़ी जिहड़े किसान है जिहड़ी कौम है ना ये कभी हारी नहीं कभी ना हारे ना हारना असीं माई भागो दीआं वारसां असीं माई भागो दीआं वारसां मोढ़े नाल मोढ़ा खड़ के असीं किसानां दे नाल खड़े किसान साढ़े भरा ने बाप ने भैणा साडियां उत्थे बैठियां ने असीं इत्थे खड़े रहांगे हर एक प्रोटेस्ट जॉइन करदे हां सोशल मीडिया ते बड़ी आवाज़ चुकदे हां चुकदे रहांगे ते जितांगे जरूर जारी जंग रखियो नो फार्मर नो फूड नो फार्मर नो फूड नो फार्मर नो फूड थैंक यू तुहाडे दोनों दा सारी इत्थे जो लेडीज पहुंचे सारी वक्त वक्त होर इत्थे पहुंचे हुए जथेबंदियां नाल इंडिविजुअल्स नाल तुहाडी गल करावांगे यूथ नाल तुहाडी गल करावांगे कुछ होर सीन्स प्रोटेस्ट होने दिखाने नो फूड असली जिथे पार्क हमेशा आप इकट्ठे हुई ना हाँ जी हाँ जी आ जाओ स्लोगन पढ़ो ना हूँ संयुक्त किसान मोर्चा यूथ ਦੇ ਨਾਲ ਤੁਹਾਡੀ ਗੱਲ ਕਰਾਵਾਂਗੇ ਕੁਝ ਹੋਰ ਸੀਨਸ ਪ੍ਰੋਟੈਸਟ ਹੋਣੇ ਦਿਖਾਣੇ ਬ੍ਰੇਕ ਤੋਂ ਬਾਅਦ ਵਾਸ਼ਿੰਗਟਨ ਡੀਸੀ ਤੋਂ ਤੁਹਾਡੇ ਨਾਲ ਸਪੈਸ਼ਲ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਾਡੀ ਟੀਮ ਤੇ ਨਾਰਥ ਈਸਟ ਤੋਂ ਵੱਖ-ਵੱਖ ਜਥੇਬੰਦੀਆਂ ਕਿਸਾਨਾਂ ਦੇ ਹੱਕ ਲਈ ਮੋਦੀ ਦੀ ਗ੍ਰੀਟਿੰਗ ਲਈ ਉਹਨਾਂ ਦੇ ਸਵਾਗਤ ਲਈ ਇੱਥੇ ਪਹੁੰਚੇ ਉਹਨਾਂ ਨੂੰ ਸਿਰਫ ਇੱਕ ਗੱਲ ਕਹਿਣ ਲਈ ਕਿ ਮੋਦੀ ਜੀ ਕਿਸਾਨਾਂ ਦਾ ਮੁੱਦਾ ਹਲੇ ਹੱਲ ਨਹੀਂ ਹੋਇਆ ਇੱਥੇ ਦੇ ਲੋਕੀ ਥਕੇ ਨਹੀਂ ਹੈਗੇ ਜਿੱਥੇ ਸਾਡੇ ਬਜ਼ੁਰਗਾਂ ਦਾ ਹੋਸ਼ ਉੱਥੇ ਨੌਜਵਾਨਾਂ ਦਾ ਜੋਸ਼ ਤੇ ਮੈਂ ਕੁਝ ਯੂਥ ਨਾਲ ਤੁਹਾਡੀ ਗੱਲ ਕਰਨਾ ਚਾਹੁੰਦੀ ਅਮੋਲਕ ਸਿੰਘ ਜੀ ਟੈਲ ਮੀ ਅ ਲਿਟਲ ਬਿਟ ਅਬਾਊਟ The energy that the youth is bringing and adding to this movement, not just in India, but here abroad in the United States, in Canada, in the UK. Tell me a little bit about the energy you guys are bringing into this movement. Sure. The energy is infectious, it's positive, and it's peaceful. We have one very, very simple request, and that's for Modi to repeal the 3 anti-farmer laws. Simple. That's it. That's why we're here. NRI performers are protesting the 3 anti-farmer corrupt laws. When you talk to your peers, your friends who are non-Indian, who are American, and you try to educate them on this issue, what do you tell them, not just about the farmers' demands, but about the human rights violations that have been documented all over international media that are currently taking place in Delhi? Well, there's not much we need to tell them. As you just mentioned, there's a lot of video evidence, and we can share that with them. You can clearly see human rights violations. As of now, India is not a country that allows people the freedom of protest, the very basic democratic freedom. And as I mentioned, the videos, the pictures, the news articles, they explain that very clearly. Yeah, and you're right. And on social media, jo impact in picture da, in tasveeran da ho rahe, wo is message nu ag di tarah duniya bhar pahuncha rahe. Jeevan ji, tusi bhi itthe youth vallon पहुंचे हो लगातार हिस्सा लै रहे हो इस मोर्चे दे विच उत्थे दी जो यूथ बैठी है उन्हें दा तुसी किस तरह सॉलिडैरिटी दे विच अज इत्थे पहुंचे हो की तुसी कहना चाहोगे उन्हां नूं कहना चाहुंदा जी जिहड़े अपने किसानां लई जिहड़े हक लई खड़े ने जिहड़े भी अपने यूथ आ जो पंजाब वसे वसदे रहिंदे ने यही अपील है भी तुसी संघर्ष नूं ना कि मुड़ के जाणा हमेशा खड़े लई अपने जिहड़े भी अपने भावे पंजाबी आ किसान आ ਜਿਹੜੇ ਇੰਡੀਆ ਦੇ ਵੀ ਰਹਿਣ ਵਾਸੀ ਉਹਨੇ ਜਿਹੜੇ ਕਿਸਾਨ ਆ ਉਹਨਾਂ ਲਈ ਖੜੇ ਰਹਿਣਾ ਆ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਪਰ ਹੈ ਤੇ ਬੜੀ ਦੂਰ ਦੀ ਲੜਾਈ ਆ ਪਰ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜੀਵਨ ਜੀ ਜੋ ਯੂਥ ਅੱਗੇ ਇਸ ਚੀਜ਼ ਨੂੰ ਲੈ ਕੇ ਜਾ ਸਕਦੇ ਸਾਡੇ ਬਜ਼ੁਰਗਾਂ ਦਾ ਸਾਥ ਦੇ ਸਕਦਾ ਇੱਥੇ ਉਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਕਾਇਮ ਰੱਖਦੇ ਹੋ ਇਸ ਤਰ੍ਹਾਂ ਜੀ ਅਸੀਂ ਜਿੱਦਾਂ ਆਪਣੇ ਇੱਥੇ ਜਿਹੜੀਆਂ ਯੂਥ ਆ ਜਿਹੜੇ ਆਪਣੇ ਸਿਆਣੇ ਆ ਕੁਝ ਸਾਡੇ ਵੱਡੇ ਸਾਰੇ ਛੋਟੇ ਵੱਡੇ ਆ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਜਿੱਥੇ ਵੀ ਅਸੀਂ ਜਾਂਦੇ ਹਾਂ ਮਿਲਦੇ ਹਾਂ ਸਾਰੇ ਜਿਹੜੇ ਆਪਣੇ ਇੱਥੇ ਅਮੈਰੀਕਨ ਰਹਿਣ ਵਾਸਤੇ ਲੋਕ ਨੇ ਉਹਨਾਂ ਨੂੰ ਜ਼ਰੂਰ ਦੱਸੀਦਾ ਵੀ ਆਪਣੇ ਜਿਹੜੇ ਕਿਸਾਨਾਂ ਲਈ ਜਿਹੜੇ ਹੱਕ ਲਈ ਜਿਹੜੇ ਹੋ ਰਹੇ ਨੇ ਉਹਨਾਂ ਨੂੰ ਦੱਸੀਦਾ ਵੀ ਸਾਡੇ ਲਈ ਕਿੰਨਾ ਮਾਰ ਕਟਾਈ ਹੋ ਰਿਹਾ ਉੱਥੇ ਇੰਡੀਆ ਦੇ ਵਿੱਚ ਜਿੱਥੇ ਯੂਥ ਦੀ ਗੱਲ ਆਉਂਦੀ ਹੈ ਏਕਤਾ ਦੀ ਗੱਲ ਆਉਂਦੀ ਹੈ ਕੋਈ ਵੀ ਉਮਰ ਇਸ ਮੋਰਚੇ ਦੇ ਵਿੱਚ ਮਿਸਿੰਗ ਨਹੀਂ ਹੈਗੀ ਸਾਡੇ ਸਭ ਤੋਂ ਅੱਜ ਯੰਗ ਪ੍ਰੋਟੈਸਟਰ ਹੈਲੋ ਲਿਟਲ ਮੈਨ ਤੁਸੀਂ ਮੋਦੀ ਜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜ਼ੋਰ ਦੀ ਨਾਰਾ ਲਾਓ ਓਕੇ
ਵਾਈਟ ਹਾਊਸ ਤੱਕ ਮੋਦੀ ਸਾਹਿਬ ਤੱਕ ਪਹੁੰਚਣੀ ਹੋਣੀ ਹੈ ਤੁਹਾਨੂੰ ਹੁਣ ਕੁਝ ਇਮੇਜਸ ਦਿਖਾਵਾਂਗੇ ਕਿਸ ਤਰ੍ਹਾਂ ਇਹ ਮੋਰਚਾ ਪੂਰੇ ਵਾਸ਼ਿੰਗਟਨ ਡੀਸੀ ਦੇ ਵਿੱਚ ਗੇੜਾ ਕੱਟ ਕੇ ਵਾਈਟ ਹਾਊਸ ਦੇ ਚੱਕਰ ਕੱਟ ਕੇ ਮੋਦੀ ਜੀ ਦਾ ਵੈਲਕਮ ਕਰ ਰਹੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ No food. We are here in Washington, D.C., right by the side of the White House. We are here to support all the farmers in India. Those are fighting against those three farm bills which they have denied it. So we are here to show solidarity with every farmer of India. We want you to know we're with you. We were with you and will stay with you till the end. And we request the Indian government to repeal all those three laws and pass a law in the favor of MSP. Minimum support price for every crop should be passed. I think the farmers of India have suffered for too long. They have suffered too much. It's time for Indian government to step up, show that they care for India, they care for Indians, and especially the farmers of this time. No farmer, no food. No farmer, no food. Stand with farmers. Stand with farmers. Kisan Ekta, Jindabad. Kisan Ekta, Jindabad. Modi go back. Modi go back. Modi go back. Modi is today's Hitler. Modi is today's Hitler. Just law and nothing. Bolo, bolo, bolo. ਸਾਡੀ ਕਮਿਊਨਿਟੀ ਨੂੰ ਹੋਰ ਅੱਗੇ ਲੈ ਕੇ ਆਉਂਦੇ ਅਤੇ ਇੱਥੇ ਸਿਸਟਮ ਵਿੱਚ ਅਸੀਂ ਇਨਵੋਲਵ ਹੋਈਏ
ਤੁਸੀਂ ਕੀ ਸਾਨੂੰ ਦੱਸ ਸਕਦੇ ਹੋ ਜਦੋਂ ਇਹੋ ਜੀ ਏਕਤਾ ਦੇ ਨਾਲ ਯੂਨਿਟੀ ਦੇ ਨਾਲ ਸਾਡੀ ਕਮਿਊਨਿਟੀ ਪਹੁੰਚਦੀ ਹੈ ਵਾਈਟ ਹਾਊਸ ਦੇ ਅੱਗੇ ਵਾਸ਼ਿੰਗਟਨ ਡੀਸੀ ਦੇ ਵਿੱਚ ਤੁਸੀਂ ਕੈਪੀਟਲ ਦੇ ਵਿੱਚ ਇੱਥੇ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦਾ ਇੰਪੈਕਟ ਹੁੰਦਾ ਇਸ ਚੀਜ਼ ਨੂੰ ਵੇਖ ਕੇ ਦੇਖੋ ਜਿਹੜਾ ਇੰਪੈਕਟ ਦੀ ਗੱਲ ਤੁਸੀਂ ਕਰ ਰਹੇ ਹੋ ਅੱਜ ਜਿੱਦਾਂ ਆਪ ਸਭ ਨੂੰ ਪਤਾ ਹੀ ਹੈ ਕਿ ਮੋਦੀ ਸਾਹਿਬ ਵਾਈਟ ਹਾਊਸ ਦੇ ਵਿੱਚ ਰਹਿ ਗਏ ਹਨ ਬਾਹਰ ਬਹੁਤ ਸੋਹਣਾ ਇਕੱਠ ਦੋਨਾਂ ਜਗ੍ਹਾ ਦੇ ਉੱਤੇ ਬਹੁਤ ਸੋਹਣਾ ਇਕੱਠ ਹੋਇਆ ਹੈਗਾ ਅਤੇ ਮੈਸੇਜ ਉਹਨਾਂ ਨੂੰ ਪਹੁੰਚ ਰਿਹਾ ਜ਼ਰੂਰ ਪਹੁੰਚ ਰਿਹਾ ਹੈਗਾ ਕਿ ਕਿੱਥੇ ਕਮਲਾ ਹੈਰਿਸ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਹੈਗੀ ਹੈ ਅਤੇ ਮੈਂ ਗੱਲ ਇਹ ਕਹਿਣੀ ਚਾਹੁੰਦਾ ਹਾਂ ਜਦੋਂ ਮੋਦੀ ਸਾਹਿਬ ਇੱਥੇ ਆਏ ਹਾਂ ਹੁਣ ਰੀਸੈਂਟਲੀ ਦੇਖੋ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਹੇਟਿੰਗਸ ਦੇ ਨਾਲ ਦੋ ਪੁਲਿਸ ਵਾਲਿਆਂ ਨੇ ਕੀ ਕੀਤਾ ਕੁਛ ਵੀ ਨਹੀਂ ਸੀ ਕੀਤਾ ਪਰ ਸਾਡੇ ਉੱਥੇ ਮੈਂ ਸਮਝਦਾ ਵੀ ਬਜ਼ੁਰਗਾਂ ਦੀਆਂ ਦਾੜੀਆਂ ਪੁੱਟੀਆਂ ਜਾ ਰਹੀਆਂ ਹੈਗੀਆਂ ਇਹ ਗੱਲ ਜਿਹੜੀ ਹੈਗੀ ਹੈ ਜਦੋਂ ਜਾਣੇ ਵੀ ਹਿਊਮਨ ਰਾਈਟਸ ਬਾਰੇ ਉੱਥੇ ਇੰਨਾ ਕੁਛ ਹੋ ਰਿਹਾ ਹੈਗਾ ਅਤੇ ਇੱਥੇ ਇੱਕ ਛੋਟਾ ਜਿਹਾ ਜਿਹੜਾ ਘੋੜਿਆਂ ਨੇ ਜੋ ਕਿ ਸਿਕਿਉਰਿਟੀ ਗਾਰਡ ਦੇ ਹੋਰਸਿਸ ਨੇ ਥੋੜ੍ਹਾ ਜਿਹਾ ਪੁਸ਼ ਕਰ ਦਿੱਤਾ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ ਮੈਂ ਅੱਜ ਬਾਈਡਨ ਸਾਹਿਬ ਦੀ ਸਟੇਟਮੈਂਟ ਸੁਣੀ ਆ ਉਹ ਕਹਿੰਦੇ ਵੀ ਇਹਦਾ ਐਕਸ਼ਨ ਲਿੱਤਾ ਜਾਊਗਾ ਉਹਨਾਂ ਨੂੰ ਆਲਰੇਡੀ ਮੈਂ ਕਹਿੰਦਾ ਵੀ ਉਹਨਾਂ ਨੂੰ ਪਰੇ ਕਰ ਦਿੱਤਾ ਲਾਂਭੇ ਕਰ ਦਿੱਤਾ ਕਿ ਹੋਰਸਿਸ ਬਿਲਕੁਲ ਯੂਜ਼ ਨਹੀਂ ਕੀਤੇ ਜਾਣਗੇ ਸਾਡਾ ਜੋ ਹਿਊਮਨ ਰਾਈਟਸ ਦਾ ਉੱਥੇ ਮੈਂ ਸਮਝਦਾ ਵੀ ਸਾਨੂੰ ਦੇਖ ਦੇਖ ਕੇ ਬੜਾ ਤਰਸ ਆਉਂਦਾ ਹੈ ਕਿ ਕੀ ਹੋ ਰਿਹਾ ਹੈਗਾ ਸਾਲ ਤੋਂ ਵੱਧ ਸਾਡੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਮੇਰੇ ਵੀਰ ਪੰਜਾਬ ਤੋਂ ਲੈ ਕੇ ਮੈਂ ਕਹਿੰਦਾ ਸਾਰੇ ਉਹਦੇ ਪੰਜਾਬ ਦੇ ਨਹੀਂ ਇੰਡੀਆ ਦੇ ਵਿੱਚ ਕਿਸਾਨਾਂ ਨੇ ਮੋਰਚੇ ਲਾਏ ਹੋਏ ਆ ਪਰ ਕੋਈ ਇਹਨਾਂ ਦੇ ਜ਼ੂਮ ਨਹੀਂ ਪਰਖਦੀ ਮਤਲਬ ਕੋਈ ਗੱਲ ਇਹਨਾਂ ਦੇ ਪੱਲੇ ਨਹੀਂ ਪੈਂਦੀ ਹੈਗੀ ਕਿਉਂ ਕਿ ਉੱਪਰੋਂ ਪ੍ਰੈਸ਼ਰ ਨਹੀਂ ਪੈ ਰਿਹਾ ਅਸੀਂ ਇੱਥੇ ਕੋਸ਼ਿਸ਼ਾਂ ਕੀਤੀਆਂ ਜਿਸ ਤਰ੍ਹਾਂ ਪਿੱਛੇ ਦੱਸ ਕੇ ਗਏ ਹੈ ਕਿ ਸਾਲ ਤੋਂ ਇੱਥੇ ਵੀ ਅਸੀਂ ਲੱਗੇ ਹੋਏ ਹਾਂ ਅਸੀਂ ਘਰ ਨਹੀਂ ਬੈਠੇ ਹੈਗੇ ਜਿਹੜਾ ਬਾਹਰ ਦਾ ਯੂਥ ਹੈ ਮੈਂ ਕਹਿ ਰਿਹਾ ਕਿ ਯੂਥ ਅੱਜ ਅਮੈਰੀਕਾ ਦਾ ਨਹੀਂ ਆਲ ਓਵਰ ਦਾ ਵਰਲਡ ਯੂਥ ਜਾਗ ਚੁੱਕਿਆ ਹੈਗਾ ਉਹ ਚਾਹੁੰਦਾ ਹੈ ਕਿ ਕਿਸਾਨਾਂ ਨੂੰ ਇਨਸਾਫ ਮਿਲੇ ਅਤੇ ਤੁਸੀਂ ਆਪ ਦੇਖ ਕੇ ਆਏ ਹੋ ਉੱਥੇ ਕਿ ਕੀ ਹੋ ਰਿਹਾ ਹੈਗਾ ਮੈਂ ਬੜੀ ਮਿਹਰਬਾਨੀ ਹੈ ਕਿ ਤੁਹਾਡੀ ਤੁਸੀਂ ਇੰਨੀ ਦੂਰੋਂ ਨਿਊਯਾਰਕ ਤੋਂ ਚੱਲ ਕੇ ਆਏ ਹਾਂ ਇੱਥੇ ਜਸ ਪੰਜਾਬੀ ਦੇ ਨਾਲ ਹਮੇਸ਼ਾ ਹੀ ਤੁਸੀਂ ਜਿਹੜੇ ਭਾਰਤ ਦੇ ਮਸਲੇ ਆ ਉਹਨਾਂ 'ਤੇ ਗੱਲ ਕਰਦੇ ਹੋ ਪਰ ਇਹ ਜ਼ਰੂਰਤ ਹੈ ਅੱਜ ਕਿ ਮੋਦੀ ਸਾਹਿਬ ਇਹ ਮੈਸੇਜ ਲੈ ਕੇ ਜਾਣ ਕੇ ਕਿਸਾਨਾਂ ਨੂੰ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਮੇਰੇ ਵੀਰੋ ਡੋਲਿਓ ਨਾ ਪਿੱਛੇ ਨਾ ਹਟਿਓ ਬੈਠੇ ਰਹੋ ਹੁਣ ਬਹੁਤ ਦੂਰ ਤੱਕ ਅਸੀਂ ਪਹੁੰਚ ਚੁੱਕੇ ਹਾਂ ਆਪਣਾ ਹੱਕ ਲੈ ਕੇ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਅਸੀਂ ਇਨਸਾਫ ਦੇ ਕੇ ਖੜਾਂਗੇ ਪਰਮਜੀ ਜੋ ਇੰਡੀਆ ਦੇ ਵਿੱਚ ਧਰਮ ਸਿੰਘ ਜੀ ਇੰਡੀਆ ਦੇ ਵਿੱਚ ਬੈਠੇ ਹੋਏ ਕਿਸਾਨ ਅਤੇ ਅੰਦੋਲਨ ਦੇ ਵਿੱਚ ਹਿੱਸਾ ਲੈਣ ਵਾਲੇ ਉਹਨਾਂ ਦਾ ਹੌਸਲਾ ਇਹ ਸਾਨੂੰ ਦੱਸਦਾ ਹੈ ਉਹ ਕਹਿੰਦੇ ਲਗਾਤਾਰ ਕਿ ਸਾਨੂੰ 2024 ਤੱਕ ਵੀ ਵੇਟ ਕਰਨੀ ਪੈਣਾ ਅਸੀਂ ਵੇਟ ਕਰਾਂਗੇ ਸਾਨੂੰ ਕੋਈ ਜਲਦੀ ਨਹੀਂ ਇੱਥੇ ਜੋ NRIs ਵੱਲੋਂ ਇਸ ਮੋਰਚੇ ਦੇ ਵਿੱਚ ਇਨਵੋਲਵਮੈਂਟ ਹੈਗੀ ਉਹਦੇ ਕੋਈ ਅੰਤ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਲੱਗਦਾ ਇੱਥੇ ਵੀ ਉਨਾ ਹੀ ਜਜ਼ਬਾ ਹੈ ਕਮਿਊਨਿਟੀ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਯਸ ਪੰਜਾਬੀ ਦਾ ਅਸੀਂ ਬਹੁਤ ਰੀਅਲੀ ਥੈਂਕਸ ਫਰੋਮ ਆਵਰ ਹਾਰਟਸ ਕਿ ਤੁਸੀਂ ਆਲਵੇਜ਼ ਯੂ ਕਵਰ ਦਾ ਬਰਨਿੰਗ ਐਂਡ ਕਰੰਟ ਜਿਹੜੀਆਂ ਸਿਚੁਏਸ਼ਨ ਨੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਦੇਖੋ ਮੈਂ ਤੁਸੀਂ ਹੈਰਾਨ ਹੋਵੋਗੇ ਮੈਂ ਮੋਦੀ ਸਾਹਿਬ ਦਾ ਇੱਕ ਗੱਲੋਂ ਬਹੁਤ ਹੀ ਥੈਂਕਫੁਲ ਕਰ ਉਹਨਾਂ ਨੇ ਇੱਕ ਕੰਮ ਬਹੁਤ ਚੰਗਾ ਕੀਤਾ ਕੀ ਕੀਤਾ ਮੋਦੀ ਸਾਹਿਬ ਨੇ ਪੰਜਾਬ ਹਰਿਆਣਾ ਹਿਮਾਚਲ ਯੂਪੀ ਨਹੀਂ ਸਾਰੇ ਹਿੰਦੁਸਤਾਨ ਦੀ ਕਿਸਾਨੀ ਜਮਾਤ ਜਿਹੜੀ ਆ ਉਹਨੂੰ ਯੂਨਾਈਟਿਡ ਕਰਤਾ ਵਾ ਇੱਕ ਝੰਡੇ ਥੱਲੇ ਲਿਆ ਕੇ ਖੜਾ ਕਰਤਾ ਵਾ ਵਿਦਾਊਟ ਐਨੀ ਕਾਇੰਡ ਆਫ ਡਿਸਕ੍ਰੀਮੀਨੇਸ਼ਨ ਐਜ ਫਾਰ ਨੈਸ਼ਨਲ ਕ੍ਰੀਡ ਰਿਲੀਜਨ ਲੈਂਗੁਏਜ ਐਨੀ ਇਕਨੋਮਿਕ ਬੇਸ ਐਵਰੀਬਾਡੀ ਯੂਨਾਈਟਿਡ ਅੰਡਰ ਦਾ ਫਾਰਮਰਸ ਫਲੈਗ ਨੰਬਰ 2 ਉੱਥੇ ਜਿਹੜਾ ਓਵਰ 1 ਈਅਰ ਆਲਮੋਸਟ ਹੋ ਗਿਆ ਵਾ ਦਿੱਲੀ ਦੇ ਦੁਆਲੇ ਕਿਸਾਨ ਜਿਹੜੇ ਨੇ ਹਿੰਦੁਸਤਾਨ ਦੇ 3 ਡਰੈਕੋਨੀਅਨ ਐਂਟਾਈ ਫਾਰਮਰ ਜਿਹੜੇ ਲਾ ਉਹਨਾਂ ਨੇ ਅਨਕੋਨਸਟੀਟਿਊਸ਼ਨਲੀ ਜਿਹੜੇ ਪਾਸ ਕੀਤੇ ਨੇ ਉਹਨਾਂ ਦੇ ਉਲਟ ਉੱਥੇ ਸੰਘਰਸ਼ ਲੜ ਰਹੇ ਆ ਮੋਰ ਦੈਨ 750 ਲਾਈਵਸ ਵੀ ਲਾਸਟ ਓਵਰ ਦੇਅਰ ਮੋਦੀ ਸਾਹਿਬ ਇੱਥੇ ਆਈ ਐਮ ਸ਼ੋਰ ਕਿ ਉਹਨਾਂ ਕੱਲ੍ਹ ਨਿਊਯਾਰਕ ਦੀ ਗੱਲ ਕੀਤੀ ਆ ਜੋ ਬਾਈਡਨ ਨਾਲ ਪਿੱਛੇ ਸਾਡੇ ਵਾਈਟ ਹਾਊਸ 'ਚੋਂ ਬੈਠੇ ਆ ਚਾਹ ਦੀਆਂ ਵੀ ਚੁਸਕੀਆਂ ਲੈ ਰਹੇ ਆ ਕਾਫੀ ਵੀ ਪੀ ਰਹੇ ਨੇ ਨਾਲ ਉਹ ਗੱਲਾਂ ਕਰ ਰਹੇ ਹੋਣਗੇ ਹਿਊਮਨ ਰਾਈਟਸ ਦੀਆਂ ਅਸੀਂ ਸਟਰੋਂਗਲੀ ਅਸੀਂ US ਗਵਰਨਮੈਂਟ ਤੋਂ ਇਹ ਮੰਗ ਕਰਦੇ ਹਾਂ ਕਿ ਇਫ ਯੂ ਹੈਵ ਦਾ ਗਟਸ ਟੂ ਸੇ ਟੂ ਮੋਦੀ ਵਿਲ ਹੀ ਐਗਰੀ ਟੂ ਹੈਵ ਏ
international human investigation against the human violation in India. As for the writers, freelance journalists, news media people, how they are being cold-bloodedly murdered over there. We strongly condemn Modi's arrival over here because he is the most inhumane in India. We appreciate our community in metropolitan area. Mehtab ji, Surinder ji, there are so many names, I cannot mention every name. They are struggling over here against this government of India's three anti-farmers law, protesting over here in front of the White House, Capitol Hill, and everywhere. We must show our unity against Modi government's steps against the farmers and support Kisan movement, Kisan Andolan in India. And we thank you again, Yes Punjabi. Thank you so much, Dharamji. Ithe sare ponche hoye jo protest de vich hissa lain wale andolan ji main inanu kavangi. Sirf main ik message de naal program di aj samapti kardi haan. Modi ji jo utthe baithe ho tuhade constituents han, tusi unna de public servant ho, unna di mang mann lo. Te ithe jo rehn wale Americans aj ponche hai, NRIs ponche hai. President Biden, this message is for you. These are your constituents, these are American citizens, and they want you to do something about the human rights violations that are taking place in India right now as you sit with Prime Minister Narendra Modi and discuss. We hope you've had a conversation about those violations. Is protest de vich saryan vallon hun sanu saryan nu deo ijazat te ik bari fir saryan vallon protest No food! No food! No food! No food! No food! No food! No food!